ਜਦੋਂ ਵੀ ਤੁਸੀਂ ਲੋਟਸ ਟੈਂਪਲ ਦੇਖਣਾ ਹੋ ਤਾਂ ਕਾਲਕਾ ਜੀ ਮੰਦਿਰ ਸਭ ਤੋਂ ਨੀਅਰੈਸਟ ਮੈਟਰੋ ਸਟੇਸ਼ਨ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਣ ਅਸੀਂ ਆਏ ਹੋਏ ਹਾਂ ਲੋਟਸ ਟੈਂਪਲ, ਅਸੀਂ ਅੱਜ ਵਿਜ਼ਿਟ ਕਰਾਂਗੇ ਇਹਨੂੰ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਹੁਣ ਆਪਾਂ ਪਹੁੰਚ ਗਏ ਜੀ ਲੋਟਸ ਟੈਂਪਲ, ਆਓ ਵਿਜ਼ਿਟ ਕਰਦੇ ਹਾਂ। ਆਪਾਂ ਜਾ ਰਹੇ ਹਾਂ ਜੀ ਹੁਣ ਲੋਟਸ ਟੈਂਪਲ ਲਈ ਨੂੰ ਜੀ। ਅਤੇ ਇਹ ਨਾ ਰਸਤੇ ਦੇ ਵਿੱਚ ਬਹੁਤ ਵੱਡਾ ਪਹਿਲਾਂ ਗਾਰਡਨ ਆਉਂਦਾ ਆ, ਬਹੁਤ ਸੋਹਣਾ ਬਣਾਇਆ ਹੋਇਆ ਆ, ਦਰਖਤ ਲੱਗੇ ਹੋਏ ਨੇ ਬਹੁਤ ਜ਼ਿਆਦਾ, ਸਿਟਿੰਗ ਏਰੀਆ ਆਉਂਦਾ ਆ, ਬੈਠ ਸਕਦੇ ਹੋ ਤੁਸੀਂ, ਇੱਕ ਪਾਸੇ ਪੀਣ ਵਾਲਾ ਪਾਣੀ ਵੀ ਆ, ਪਾਣੀ ਵਗੈਰਾ ਪੀਣਾ ਹੋਏ ਪੀ ਸਕਦੇ ਹੋ ਤੁਸੀਂ। ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਆ ਇਹ, ਜ਼ਰੂਰ ਆਇਓ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਜੀ, ਇੱਕ ਵਾਰ ਜ਼ਰੂਰ ਦੇਖਿਓ ਆ ਕੇ ਇਸ ਜਗ੍ਹਾ ਨੂੰ। ਦੇਖੋ ਕਿੰਨਾ ਸੋਹਣਾ ਗਾਰਡਨ ਬਣਿਆ ਹੋਇਆ। ਹੋ ਰਿਹਾ ਜੀ ਲੋਟਸ ਟੈਂਪਲ। ਦੇਖੋ ਕਿੰਨੀ ਸੋਹਣੀ ਇਮਾਰਤ ਬਣੀ ਹੋਈ ਹੈ ਲੋਟਸ ਟੈਂਪਲ ਦੀ। ਲੋਟਸ ਟੈਂਪਲ ਪਹੁੰਚ ਕੇ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਆਪਣੇ ਸ਼ੂਜ਼ ਬਾਹਰ ਉਤਾਰਨੇ ਪੈਂਦੇ ਆ, ਅਤੇ ਆ ਬੈਗ ਲੈ ਕੇ ਇਹਦੇ ਵਿੱਚ ਰੱਖਣੇ ਪੈਂਦੇ ਆ, ਅਤੇ ਅੱਗੇ ਜਮ੍ਹਾਂ ਹੁੰਦੇ ਨੇ ਜੀ। ਇੱਥੇ ਜੀ ਆਪਣੇ ਸ਼ੂਜ਼ ਤੁਸੀਂ ਜਮ੍ਹਾਂ ਕਰਵਾਉਣੇ ਨੇ। ਚੱਲਦੇ ਉੱਪਰ ਨੂੰ ਲੋਟਸ ਟੈਂਪਲ ਦੇ ਅੰਦਰ। ਇਹ ਜੀ ਸਾਈਡ ਤੇ ਫਾਊਂਟੇਨਸ ਲੱਗੇ ਹੋਏ ਨੇ। ਦਿੱਲੀ ਦਾ ਇਹ ਲੋਟਸ ਟੈਂਪਲ ਆਸਟ੍ਰੇਲੀਆ ਦੇ ਓਪੇਰਾ ਹਾਊਸ ਤੋਂ ਇੰਸਪਾਇਰਡ ਹੈ। ਲੋਟਸ ਟੈਂਪਲ ਦੇ ਸਾਈਡ 'ਤੇ ਦੇਖੋ ਕਿੰਨੀ ਸੋਹਣੀ ਪਲਾਂਟਿੰਗ ਕੀਤੀ ਹੋਈ ਹੈ। ਲੋਟਸ ਟੈਂਪਲ ਦੇ ਅੰਦਰ ਮਿਊਜ਼ੀਅਮ ਬਣਿਆ ਹੋਇਆ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਅੰਦਰ ਮੋਬਾਈਲ ਕੈਮਰਾ ਅਲਾਊਡ ਨਹੀਂ ਹੈਗਾ, ਇਸ ਲਈ ਆਪਾਂ ਅੰਦਰ ਨਹੀਂ ਦਿਖਾ ਸਕਦੇ। ਹੁਣ ਆਪਾਂ ਵਿਜ਼ਿਟ ਕਰ ਲਿਆ ਜੀ ਲੋਟਸ ਟੈਂਪਲ। ਹੁਣ ਆਪਾਂ ਮਿਲਾਂਗੇ ਕਿਸੇ ਹੋਰ ਡੈਸਟੀਨੇਸ਼ਨ 'ਤੇ ਨਵੀਂ ਵੀਡੀਓ ਦੇ ਨਾਲ। ਬਣੇ ਰਹੋ ਸਾਡੇ ਨਾਲ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਬਾਏ।
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਣ ਅਸੀਂ ਆਏ ਹੋਏ ਹਾਂ ਅਕਸ਼ਰਧਾਮ ਮੰਦਿਰ। ਆਓ ਵਿਜ਼ਿਟ ਕਰਦੇ ਹਾਂ ਮੰਦਿਰ ਨੂੰ। ਅਕਸ਼ਰਧਾਮ ਪਰਿਸਰ ਦੇ ਆਪ ਆਪਣੇ ਸਾਥ ਦੇਵਰ ਬਾਜੀ ਕੁਮਾਰ ਦਰਸ਼ਕ। ਅੰਦਰ ਜੀ ਕੈਮਰਾ ਅਲਾਊਡ ਨਹੀਂ ਹੈਗਾ, ਤੁਹਾਨੂੰ ਸਾਰਾ ਸਮਾਨ ਆਪਣਾ ਬਾਹਰ ਜਮ੍ਹਾਂ ਕਰਾਉਣਾ ਪੈਂਦਾ ਹੈ, ਇਸ ਲਈ ਅਸੀਂ ਅੰਦਰ ਵੀਡੀਓ ਨਹੀਂ ਬਣਾ ਸਕਦੇ। ਅਕਸ਼ਰਧਾਮ ਮੰਦਿਰ ਆ ਇਹ ਹੈ ਜੀ ਅਕਸ਼ਰਧਾਮ ਮੰਦਿਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੁਣ ਅਸੀਂ ਆਏ ਹੋਏ ਹਾਂ ਇੰਡੀਆ ਗੇਟ, ਅਤੇ ਆਪਾਂ ਇਸ ਸਥਾਨ ਨੂੰ ਵਿਜ਼ਿਟ ਕਰਦੇ ਹਾਂ ਅਤੇ ਆਪਾਂ ਦੇਖਦੇ ਹਾਂ ਇੱਥੇ ਕੀ ਕੁਛ ਘੁੰਮਣ ਨੂੰ ਹੈ। ਜਿਹੜਾ ਇੰਡੀਆ ਗੇਟ ਆ ਨਾ, ਇਹਨੂੰ ਰਾਤ ਦਾ ਦੇਖਣ ਦਾ ਹੀ ਨਜ਼ਾਰਾ ਆ, ਇਸ ਲਈ ਅਸੀਂ ਹੁਣ ਰਾਤ ਨੂੰ ਆਏ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਦਾ ਇੰਡੀਆ ਗੇਟ ਦਾ ਜੀ। ਇੰਡੀਆ ਗੇਟ ਦੇ ਸਾਹਮਣੇ ਇੱਥੇ ਸਿਟਿੰਗ ਏਰੀਆ ਬਣਾਇਆ ਹੋਇਆ ਅਤੇ ਆਪਣੇ ਰਿਲੈਕਸ ਕਰਨ ਲਈ ਤੁਹਾਡੇ ਲਈ ਏਰੀਆ ਹੈ ਸਾਰਾ। ਅਗਰ ਬੱਚੇ ਤੁਹਾਡੇ ਨਾਲ ਨੇ ਤਾਂ ਤੁਸੀਂ ਇਹਨਾਂ ਦੀ ਰਾਈਡ ਕਰਵਾ ਸਕਦੇ ਹੋ। ਇਹ ਮਿੰਨੀ ਕਾਰਸ ਨੇ, 50 ਰੁਪੀਜ਼ ਲੈਂਦੇ ਨੇ ਇਹ, ਅਤੇ ਤੁਸੀਂ ਇਹਨਾਂ ਦਾ ਵੀ ਇੰਜੋਏ ਕਰ ਸਕਦੇ ਹੋ। ਇੱਥੋਂ ਪੂਰਾ ਇੱਥੇ ਪਾਣੀ ਹੈ ਜਿਹਨੂੰ ਦੇਖਣ 'ਚ ਰਾਤ 'ਚ ਬਹੁਤ ਮਜ਼ਾ ਆਉਂਦਾ ਹੈ। ਦੇਖੋ ਕਿੰਨੀ ਸੋਹਣੀ ਲਾਈਟਿੰਗ ਹੋਈ ਹੋਈ ਹੈ। ਇੱਧਰ ਲੋਕ ਬੈਠੇ ਨੇ, ਸਾਹਮਣੇ ਇੰਡੀਆ ਗੇਟ ਹੈ ਜੀ, ਚੱਲਦੇ ਹਾਂ ਉੱਧਰ ਨੂੰ ਵੀ। ਇੱਧਰ ਆਈਸਕ੍ਰੀਮ ਵਗੈਰਾ ਦੀ ਸਟੋਲਸ ਨੇ, ਅਗਰ ਤੁਸੀਂ ਆਈਸਕ੍ਰੀਮ ਖਾਣੀ ਹੋਵੇ ਤਾਂ ਉਹ ਵੀ ਖਾ ਸਕਦੇ ਹੋ। ਕਾਫੀ ਲੋਕ ਆਏ ਹੋਏ ਨੇ ਇੱਥੇ, ਟੂਰਿਸਟ ਲੋਕ ਇੱਥੇ ਆਪਣਾ ਟਾਈਮ ਸਪੈਂਡ ਕਰਨ ਆਉਂਦੇ ਨੇ। ਇਸ ਜਗ੍ਹਾ ਦੇ ਸਾਹਮਣੇ ਰੋਡ ਬਣਿਆ ਹੋਇਆ, ਇੱਥੇ ਜੀ ਕਾਫੀ ਸਟੋਲਸ ਲੱਗੀਆਂ ਹੋਈਆਂ ਨੇ ਖਾਣ ਪੀਣ ਦੀਆਂ। ਜੇਕਰ ਤੁਸੀਂ ਕੁਛ ਖਾਣਾ ਚਾਹੋ ਤਾਂ ਇੱਥੋਂ ਕੁਛ ਖਾ ਸਕਦੇ ਹੋ। ਇੱਥੇ ਜੀ ਨੀਚੇ ਦੀ ਰਸਤਾ ਬਣਿਆ ਹੋਇਆ, ਜੋ ਅਸੀਂ ਪਿੱਛੋਂ ਆਉਂਗੇ ਤਾਂ ਤੁਸੀਂ ਇਸੇ ਰਸਤੇ ਥਰੂ ਇੰਡੀਆ ਗੇਟ ਕੋਲ ਪਹੁੰਚ ਸਕਦੇ ਹੋ। ਆਓ ਚੱਲਦੇ ਹਾਂ ਇੰਡੀਆ ਗੇਟ ਨੂੰ ਘੁੰਮਦੇ ਹਾਂ। ਦੇਖੋ ਇੰਡੀਆ ਗੇਟ 'ਤੇ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ। ਦੇਸ਼ ਦਾ ਕਲਰ, ਦੇਸ਼ ਦੇ ਝੰਡੇ ਦਾ ਕਲਰ, ਟ੍ਰਾਈ ਕਲਰ ਬਣਿਆ ਹੋਇਆ। ਅੱਜ ਇੱਥੇ ਕਾਫੀ ਰਸ਼ ਹੈ। ਵੈਸੇ ਇੱਥੇ ਯੂਜਲੀ ਇੰਨਾ ਰਸ਼ ਨਹੀਂ ਹੁੰਦਾ ਜਿੰਨਾ ਅੱਜ ਹੈ। ਹੁਣ ਆਪਾਂ ਜੀ ਇੰਡੀਆ ਗੇਟ ਦੇ ਬਿਲਕੁਲ ਨਜ਼ਦੀਕ ਆ ਗਏ। ਇੱਥੇ ਦੇਖੋ ਕਿੰਨੀ ਸੋਹਣੀ ਪਲਾਂਟਿੰਗ ਕੀਤੀ ਹੋਈ ਹੈ, ਕਿੰਨੀ ਵਧੀਆ ਇਮਾਰਤ ਬਣੀ ਹੋਈ ਹੈ ਇਹ, ਕਿੰਨੀ ਸੋਹਣੀ ਲਾਈਟਿੰਗ ਹੈ। ਉੱਧਰ ਸਾਈਡ ਦੇਖੋਗੇ ਤਾਂ ਤੁਹਾਨੂੰ ਫਾਊਂਟੇਨ ਦਿਖੇਗਾ। ਉਹਦੀ ਸਾਈਡ ਹੈ ਜੀ ਇੰਡੀਆ ਗੇਟ ਦੀ। ਇੰਡੀਆ ਗੇਟ ਦੇ ਵਾਲਸ 'ਤੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਨੇ, ਜਿਹੜੇ ਸੈਨਿਕ ਸ਼ਹੀਦ ਹੋਏ ਸੀ। ਇੰਡੀਆ ਗੇਟ ਦੇ ਉੱਪਰ ਦੇਖੋ ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਇੰਡੀਆ ਲਿਖਿਆ ਹੋਇਆ, ਜਿਹੜਾ ਆਪਣੇ ਦੇਸ਼ ਦੀ ਸ਼ਾਨ ਨੂੰ ਬਰਕਰਾਰ ਰੱਖਦਾ। ਲੈ ਦੀਜੀ ਐਂਟਰੀ ਬਣੀ ਹੋਈ ਹੈ, ਤੁਹਾਨੂੰ ਇਸੇ ਜਗ੍ਹਾ ਤੋਂ ਐਂਟਰੀ ਕਰਨੀ ਪਵੇਗੀ ਕਿਉਂਕਿ ਉੱਪਰ ਵਹੀਕਲਸ ਚੱਲਦੇ ਨੇ, ਰੋਡ ਚੱਲਦਾ, ਇਸ ਲਈ ਉੱਪਰ ਦੀ ਐਂਟਰੀ ਹੈ ਨਹੀਂ ਗੀ, ਇਸ ਲਈ ਤੁਹਾਨੂੰ ਥੱਲੇ ਦੀ ਹੀ ਜਾਣਾ ਪਏਗਾ। ਇਸ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਖਤਮ, ਅਤੇ ਆਪਾਂ ਹੁਣ ਮਿਲਾਂਗੇ ਇੱਕ ਨਵੀਂ ਡੈਸਟੀਨੇਸ਼ਨ 'ਤੇ ਨਵੀਂ ਵੀਡੀਓ ਦੇ ਨਾਲ। ਜੇਕਰ ਸਾਡੇ ਚੈਨਲ 'ਤੇ ਨਵੇਂ ਸੀ
ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ।